ਜਿਵੇਂ ਨਾ ਆਪਾਂ ਰੋਡ ਦੇ ਉੱਤੇ ਲੰਘਦੇ ਹੋਈਏ ਤਾਂ ਕਿਈ ਵਾਰ ਚੀਜ਼ਾਂ ਆਪਾਂ ਦੇਖ ਲੈਣੇ ਆਂ ਸੜਕ ਦੇ ਪਈ ਕਿ ਆ ਕੋਈ ਭਈ ਟਾਣੀ ਟੁੱਟੀ ਪਈ ਆ ਕੋਈ ਆ ਪੱਥਰ ਪਿਆ ਤਾਂ ਆਪਾਂ ਇਹ ਸਮਝਣਾ ਨੇ ਲੈ ਵੀ ਇਹ ਤਾਂ ਪਈ ਨੇ ਇਹ ਚ ਕੀ ਲੱਭਣਾ ਕੱਢਣ ਪਾਣ ਨੂੰ ਆ ਇੱਕ ਐਸੇ ਇਨਸਾਨ ਨਾਲ ਤੁਹਾਨੂੰ ਮਿਲਾਵਾਂਗੇ ਜਿਨ੍ਹਾਂ ਨੇ ਉਹ ਸਾਰੀਆਂ ਵੇਸਟੇਜ ਨੂੰ ਜਿਵੇਂ ਜ਼ਿੰਦਾ ਕਰ ਦਿੱਤਾ ਹੁੰਦਾ ਨਾ ਆ ਟਾਣਾ ਵੀ ਲੰਬਾ ਸੀ ਤੇ ਆਹ ਟਾਣਾ ਵੀ ਇਹ ਕਾਫੀ ਲੰਬਾ ਸੀ ਤੇ ਦੋ ਇਸ ਤਰ੍ਹਾਂ ਸੀ ਮਗਰ ਅੱਛਾ ਜਦੋਂ ਮੈਂ ਕੱਟਿਆ ਫੇਰ ਮੈਨੂੰ ਲੱਗਿਆ ਵੀ ਸਾਰੇ ਤੋਂ ਵਧਿਆ ਇਹੇ ਘੋਡੇ ਦਾ ਹੀ ਰੂਪ ਹੈ ਤੇ ਆਹ ਆਹ ਸਾਰਾ ਇੰਨਾ ਕੁ ਕੀਤਾ ਆਹ ਵੀ ਇਹਦਾ ਰਿਜਨਲੀ ਉਹ ਸਟਾਣੇ ਦੇ ਵਿੱਚੋਂ ਤੇ ਬਾਕੀ ਆ ਵੇਖੋ ਤੁਸੀਂ ਸਾ ਕੋਈ ਨਹੀਂ ਹੈ ਬਿਲਕੁਲ ਬਰੀਕ ਰੂੜੀਆਂ ਆਹ ਦੇਖੋ ਇੱਕ ਕੁੱਤੇ ਦੀ ਸ਼ਕਲ ਹੈ ਇਹ ਇਹ ਇੱਕ ਨੌਕ ਜਿੰਨਾ ਹੀ ਆ ਦੇਖ ਲਓ ਤੇ ਇਸੇ ਤਰ੍ਹਾਂ ਲੂੰਬੜੀ ਦੀ ਸ਼ਕਲ ਹੈ ਬੜਾ ਸੋਹਣਾ ਬਣਾਇਆ ਏ ਮੋਰ ਆ ਤੇ ਇਹਦਾ ਸਿਰਫ ਆ ਦੇਖੋ ਇੰਨਾ ਕੁ ਕੀਤਾ ਤੇ ਆ ਇੰਨਾ ਕੀਤਾ ਬਾਕੀ ਆ ਕੁਦਰਤ ਆ ਉਸੇ ਤਰ੍ਹਾਂ ਆ ਰੇ ਦੀ ਚਰਾਈ ਆ ਇਹਦੇ 'ਚ ਮੇਰਾ ਕੋਈ ਹੋਰ ਰੋਲ ਨਹੀਂ ਜਾ ਆ ਕੁਦਰਤ ਨੇ ਇਹਦਾ ਇਸ ਤਰ੍ਹਾਂ ਏ ਸਾਰਾ ਮੂੜਾ ਕੀਤਾ ਆ ਜਿਹੜੀ ਚੀਜ਼ ਆ ਇਹ ਮਿਲੀ ਤਾਂ ਮੈਨੂੰ ਇਸ ਤਰ੍ਹਾਂ ਸੀ ਹਾਂਜੀ ਇਹ ਤਾਂ ਸਟੈਚੂ ਸੀਗਾ ਇਸ ਤਰ੍ਹਾਂ ਵੀ ਜਿਵੇਂ ਇਹ ਆਹ ਬੰਦਾ ਅਮਲੋਖ ਤੁਰਿਆ ਜਾਂਦਾ ਹੁੰਦਾ ਆ ਦੇਖੋ ਆ ਮગર ਨੂੰ ਬਾਹ ਪੈਰ ਯਾ ਆ ਬਰ ਇਹ ਬਣਾ ਕੇ ਫਿਰ ਮੈਂ ਕਿਹਾ ਵੀ ਮੇਰੀ ਤਸੱਲੀ ਜੀ ਘੱਟ ਹੋਈ ਫਿਰ ਮੈਨੂੰ ਆਸੇ ਪਾਸੇ ਆਇਆ ਕੀਤਾ ਤੇ ਫਿਰ ਇਹਦਾ ਦੇਖੋ ਇੱਕ ਬਾਜ ਵੱਜ ਗਿਆ ਛੁੱਟ ਗਿਆ ਦਾ ਕੰਮ ਮਿਲਿਆ ਸੀ ਹਾਂ ਆ ਮੇਰੀ ਉਹ ਡ੍ਰੈਗ ਦੀ ਕਾਪੀ ਹੈ 1978 ਦੀ ਆ ਫੁੱਲ ਦਾ ਪ੍ਰਾਗਣ ਦਾ ਤਿਤਲੀ ਤੇ ਇਹ ਸਾਰਿਆਂ ਤੋਂ ਵਧੀਆ ਮੇਰੀ ਡ੍ਰੈਗ ਦੀ ਕਾਪੀ ਸਾਰੀ ਜਮਾਤ ਚੋਂ ਆਈ ਸੀ ਇਹ ਤੁਸੀਂ ਕਿੰਨੀਵੀਂ ਕਲਾਸ ਦੀ ਹੈ ਇਹ 7ਵੀਂ ਦੀ 1978 ਸੰਨ ਦੀ ਹੈ ਜੀ ਜਿਹੜਾ ਵਾਸਦਿਆਂ ਇਹ ਜਿਵੇਂ ਇੱਕ ਪਰਿਵਾਰ ਹੈ ਉਹ ਥੋੜਾ ਵੱਡਾ ਉਦੋਂ ਛੋਟਾ ਉਦੋਂ ਛਟਾ ਉਦੋਂ ਛੜਾ ਜਿਵੇਂ ਜਾਨਵਰ ਥੋੜਾ ਥੋੜਾ ਉੱਡਣਾ ਨਹੀਂ ਸਿੱਖਦੇ ਹੁੰਦੇ ਵੀ ਜਦੋਂ ਮੈਂ ਇੱਕ ਦੋ ਬਣਾਏ ਫਿਰ ਘਰੇ ਪਰਿਵਾਰ ਦੇ ਵਿੱਚ ਰੱਖਣ ਨੂੰ ਵੀ ਥਾਂ ਨਹੀਂ ਸੀ ਵੀ ਜਦੋਂ ਉਹਨਾਂ ਨੇ ਝਾੜੂ ਪੋਚਾ ਲਾਉਣਾ ਉਹ ਵੱਜਣੇ ਤਾਂ ਹੋਣੇ ਪੱਥਰ ਭਾਰੇ ਵੀ ਆ ਉਹਨਾਂ ਨੇ ਕਿਹਾ ਵੀ ਆਪਾਂ ਇੰਨੇ ਕੀ ਕਰਨੇ ਚੱਲ ਦੋ ਚਾਰ ਤਾਂ ਸ਼ੌਕ ਪੂਰਾ ਕਰ ਲਿਆ ਵੀ ਛੱਡ ਖੜਾ ਹੁਣ ਰੱਖਣ ਦਾ ਥਾਂ ਤਾਂ ਹੈ ਨਹੀਂ ਤੇ ਆਪਾਂ ਖੜੇ ਆ ਇਹ ਰਸੋਈ ਆ ਸਾਡੀ ਤੇ ਜਦੋਂ ਬਾਹਲੇ ਵਧ ਗਏ ਤੇ ਫੇਰ ਆ ਉਹ ਵੇਖੋ ਇਹਦੇ ਟੂਟੀਆਂ ਲੱਗੀਆਂ ਆ ਸਿੰਕ ਲੱਗਾ ਸੀ ਇਹ ਮੈਂ ਪੱਟ ਕੇ ਤੇ ਫਿਰ ਮੈਂ ਇੱਥੇ ਰੱਖੇ ਜਾਨੀ ਸ਼ੌਂਕ ਦੇ ਮਾਰਨੇ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜਿਆ ਹੋ ਰਹਿਮ ਟੀਵੀ ਦੇ ਨਾਲ ਮੈਂ ਹਰਵਿੰਦਰ ਖੰਨਾ ਸਵਾਗਤ ਕਰਦਾ ਕਹਿੰਦੇ ਹਰ ਇੱਕ ਇਨਸਾਨ ਦੇ ਵਿੱਚ ਹਰ ਇੱਕ ਇਨਸਾਨ ਦੀ ਜਿਹੜੀ ਨਜ਼ਰ ਹੁੰਦੀ ਹੈ ਉਹਦੀ ਦੇਖਣ ਦਾ ਨਜ਼ਰੀਆ ਕਹਿੰਦੇ ਬੜਾ ਵੱਖਰਾ ਹੁੰਦਾ ਕਿਉਂਕਿ ਕਈ ਵਾਰ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਕੁਝ ਐਸੀਆਂ ਤਸਵੀਰਾਂ ਦੇਖ ਲੈਂਦੇ ਨੇ ਆ ਜਿਨ੍ਹਾਂ ਦੇ ਵਿਚ ਦੇਖਣ ਦਾ ਕਹਿੰਦੇ ਜੇ ਮੈਂ ਉਂਗਲੀ ਦੇ ਉੱਤੇ 6 ਬਾਵਾ ਤਾਂ ਉਹਨੂੰ ਮੈਂ ਮੈਨੂੰ ਮੈਂ 6 ਬਾਇਆ ਤੇ ਦੇਖਣ ਵਾਲੇ ਲੱਗੂਗਾ ਕਿ ਭਾਈ ਇਹਨੇ 9 ਬਾਇਆ ਬਸ ਨਜ਼ਰੀਆ ਹੁੰਦਾ ਹੈ ਨਜ਼ਰੀਆ ਹਰ ਇੱਕ ਇਨਸਾਨ ਦਾ ਦੇਖਣ ਦਾ ਚੀਜ਼ ਨੂੰ ਅਲੱਗ-ਅਲੱਗ ਹੁੰਦਾ ਮੈਂ ਅੱਜ ਇੱਕ ਐਸੀ ਜਗ੍ਹਾ ਤੇ ਪਹੁੰਚ ਆਇਆ ਤੇ ਤੁਸੀਂ ਸੋਚੋਗੇ ਕਿ ਭਾਈ ਜਿਵੇਂ ਨਾ ਆਪਾਂ ਰੋਡ ਦੇ ਉੱਤੇ ਲੰਘਦੇ ਹੋਈਏ ਤਾਂ ਕਈ ਵਾਰ ਚੀਜ਼ਾਂ ਆਪਾਂ ਦੇਖ ਲੈਂਦੇ ਆ ਸੜਕ ਦੇ ਪਈ ਕਿ ਆ ਕੋਈ ਭਈ ਟਾਣੀ ਟੁੱਟੀ ਪਈ ਆ ਕੋਈ ਆ ਪੱਥਰ ਪਿਆ ਤਾਂ ਆਪਾਂ ਇਹ ਸਮਝਣਾ ਲੈ ਵੀ ਤਾਂ ਪਈ ਨੇ ਇਹ ਚ ਕੀ ਲੱਭਣਾ ਕੱਢਣ ਪਾਣ ਨੂੰ ਆ ਪਰ ਅੱਜ ਕੈਸੇ ਇਨਸਾਨ ਨੂੰ ਤੁਹਾਨੂੰ ਦਰਸ਼ਨ ਕਰਾਵਾਂਗੇ ਕੈਸੇ ਇਨਸਾਨ ਨਾਲ ਤੁਹਾਨੂੰ ਉਲਾਵਾਂਗੇ ਕਿ ਜਿਨ੍ਹਾਂ ਨੇ ਉਹ ਸਾਰੀਆਂ ਵੇਸਟੇਜ ਨੂੰ ਜਿਵੇਂ ਜ਼ਿੰਦਾ ਕਰ ਦਿੱਤਾ ਹੁੰਦਾ ਨਾ ਕਿ ਹਰ ਇੱਕ ਚੀਜ਼ ਆਪਣੇ ਮੂੰਹੋਂ ਬੋਲਦੀ ਆ ਹਰ ਇੱਕ ਚੀਜ਼ ਆਪਣੇ ਮੂੰਹੋਂ ਦੱਸਦੀ ਆ ਕਿ ਭਾਈ ਮੈਂ ਕੀ ਆ ਮੇਰੀ ਕੀ ਇਹਨਾਂ ਨੇ ਬੁਨਿਆਦ ਬਣਾਈ ਆ ਪਰਮਜੀਤ ਜੀ ਸਾਡੇ ਨਾਲ ਹੋਣਗੇ ਆਪਾਂ ਉਹਨਾਂ ਗੱਲਾਂ ਬਾਤਾਂ ਕਰਾਂਗੇ ਹੁਣ ਜਿਵੇਂ ਥੋੜਾ ਮੈਂ ਦੱਸੂਗਾ ਕੈਮਰਾਮੈਨ ਨੂੰ ਦਿਖਾਉਣ ਦੀ ਕਿ ਜਿਵੇਂ ਇੱਕ ਆ ਟਾਣੀ ਤੁਸੀਂ ਦੇਖ ਰਹੇ ਹੋ ਦੇਖਣ ਜੇ ਤਾਂ ਆਪਾਂ ਕਹਾਂਗੇ ਲੈ ਵੇ ਰੋਡ ਦੇ ਉੱਤੇ ਪਈਆ ਕੁਝ ਨਹੀਂ ਹੈਗਾ ਇੱਕ ਦਰਖਤ ਤੋਂ ਟਾਣੀ ਟੁੱਟ ਕੇ ਗਿਰ ਗਈ ਪਰ ਬਣਾਈ ਕੀ ਹੈ ਦੇਖ ਸਕਦੇ ਹੋ ਤੁਸੀਂ ਇਹ ਬਾਈ ਜੀ ਸਾਡੇ ਨਾਲੇ ਸੱਸ ਸਿਕਾ ਬਾਈ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੋ ਜੀ ਹਾਂ ਜੀ ਬਹੁਤ ਠੀਕ ਹੈ ਜੀ ਉਹ ਮੈਂ ਤਾਂ ਜਦੋਂ ਇਸ ਕਮਰੇ ਦੇ ਵਿੱਚ ਵੜਿਆ ਇਸ ਕਮਰੇ ਦੀ ਦੁਨੀਆ ਤੇ ਇਸ ਦਰਵਾਜੇ ਤੋਂ ਬਾਹਰ ਦੀ ਦੁਨੀਆ ਬਿਲਕੁਲ ਅਲੱਗ ਹੈ ਜਿਵੇਂ ਆਸੀਂ ਤਾਂ ਤੁਰੇ ਜਾਂਦੇ ਹੁੰਦੇ ਦੇਖ ਕੇ ਕਹਿ ਦਿੰਨੇ ਆ ਯਾਰ ਕੀ ਆ ਕੁਝ ਨਹੀਂ ਇੱਕ ਬੱਟਾ ਪਿਆ ਇੱਕ ਪੱਥਰ ਪਿਆ ਟਾਣੀ ਪਿਆ ਪਰ ਇਹ ਨਜ਼ਰੀਆ ਦੇਖਣ ਦਾ ਕਿਵੇਂ ਮਿਲਿਆ ਇਹ ਅੱਖ ਕਿਵੇਂ ਪਰਖਣ ਲੱਗ ਗਈ ਹੈ ਇਹ ਚੀਜ਼ਾਂ ਨੂੰ ਹਾਂਜੀ ਇਹ ਨਾ ਜਿਵੇਂ ਮੈਨੂੰ ਕੁਦਰਤ ਨਾਲ ਪਹਿਲਾਂ ਤੋਂ ਛੋਟੇ ਹੁੰਦੇ ਤੇ ਪਿਆਰ ਸੀਗਾ ਤੇ ਮੈਂ ਇਕੱਠੀਆਂ ਨਹੀਂ ਸੀ ਕਰਦਾ ਬਣਾਉਂਦਾ ਨਹੀਂ ਸੀ ਪਰ ਜਿਵੇਂ ਬੱਦਲਾਂ ਦੇ ਵਿੱਚ ਕਿਤੇ ਬੈਠੇ ਹੋਣਾ ਖੇਤ ਮੈਂ ਖੇਤ ਨਾਲ ਬਹੁਤ ਜੁੜਿਆ ਸੀ ਆਪਦੇ ਨਾਲ ਤੇ ਉਹਦੇ ਚ ਵਣ ਸਵੰਨੀ ਦੀਆਂ ਚੀਜ਼ਾਂ ਬਣਨੀਆਂ ਦਰਖਤ ਬਣਨੇ ਪਸ਼ੂ ਬਣਨੇ ਪੰਛੀ ਬਣਨੇ ਇਸੇ ਤਰ੍ਹਾਂ ਜੇ ਪਾਣੀ ਡੁੱਲਿਆ ਹੋਣਾ ਉਹਦੇ ਚ ਵੀ ਕੋਈ ਨਾ ਕੋਈ ਚੀਜ਼ ਐ ਇਸ ਪਾਣੀ ਤੇ ਫਿਰ ਅਸੀਂ ਇਹ ਘਰ ਪਾਇਆ ਤੇ ਘਰ ਪਾਉਣ ਦੇ ਵਿੱਚ ਇਹ ਇੱਕ ਪੱਥਰ ਆਹ ਜਿਹੜਾ ਆ ਗਿਆ ਵੱਡਾ ਆ ਪਹਿਲਾ ਜੀ ਇਹ ਪਹਿਲਾ ਪੱਥਰ ਹਾਂਜੀ ਪਹਿਲਾ ਜਿੱਥੋਂ ਮੇਰੀ ਸ਼ੁਰੂਆਤ ਹੋਈ ਆ ਤੇ ਚਿੱਤ ਜਿੱਤਾ ਵਲਵਲੇ ਸੀ ਪਰ ਉਹ ਯਾਗਰ ਨਹੀਂ ਸੀੰਦੇ ਨਾਮ ਆ ਕਿਸੇ ਕੋਲ ਸਿੱਖਣ ਗਿਆ ਸੀ ਨਾ ਕੋਈ ਇਸ ਤਰ੍ਹਾਂ ਕੋਈ ਗੱਲ ਹੀ ਚੱਲੀ ਸੀਗੀ ਤੇ ਇਹ ਜਦੋਂ ਮੈਂ ਧੋਕੇ ਰੱਖਿਆ ਵੱਡਾ ਕਰਕੇ ਉਹਨਾਂ ਨੇ ਕੱਢਤਾ ਬਜਰੀ ਚੋਂ ਤੇ ਇਹ ਮੈਨੂੰ ਲੱਗਿਆ ਵੀ ਮੇਰੇ ਨਾਲ ਇਹ ਵੀ ਕੋਈ ਗੁੱਝੀ ਜੀ ਰਾਮ ਜੀ ਕਰਦਾ ਕੋਈ ਤੇ ਮੈਂ ਤੇ ਇਹ ਹੀ ਪੇਂਟਿੰਗ ਅਸਲੀ ਪਹਿਲੀ ਆ ਤੇ ਇਹ ਜਦੋਂ ਬਣਾਇਆ ਤੇ ਇਹ ਇੱਕ ਪੰਡਤ ਜੀ ਦਾ ਰੂਪ ਬਣ ਗਿਆ ਤੇ ਇਹ ਮੈਂ ਇੱਥੇ ਬਾਰ ਦੇ ਵਿੱਚ ਹੀ ਰੱਖਦਾ ਫਿਰ ਹਾਂਜੀ ਬਣਾ ਕੇ ਫਿਰ ਜਦੋਂ ਜਿਵੇਂ ਕੋਈ ਆਉਂਦੇ ਰਿਸ਼ਤੇਦਾਰ ਜਾਂ ਪਾਸੇ ਵਾਲੇ ਆਉਂਦੇ ਰੋ ਇਹ ਕਹਿੰਨਗੇ ਬੜਾ ਵਧੀਆ ਤੂੰ ਹੋਰ ਬਣਾ ਲਾ ਬਸ ਫਿਰ ਇੱਕ ਤੋਂ ਮੈਂ ਦੋ ਤਿੰਨ ਚਾਰ ਇਸ ਤਰ੍ਹਾਂ ਫਿਰ ਹੌਲੀ-ਹੌਲੀ ਮੈਨੂੰ ਸ਼ੌਕ ਪੈ ਗਿਆ ਫਿਰ ਉਹ ਚੰਗੇ ਲੱਗਣ ਲੱਗੇ ਤੇ ਫਿਰ ਮੈਂ ਹੋਰ ਬਣਾਉਣਾ ਮੈਂ ਉਹ ਦੇਖ ਪਾ ਰਹੇ ਹਾਂ ਕਿ ਭਈ ਆ ਇੱਕ ਤਾਂ ਪੱਥਰਾਂ ਦੇ ਉੱਤੇ ਜਿਹੜੀ ਕਲਾਕਿਰਤੀ ਕੀਤੀ ਹੋਈ ਹੈ ਕਿੰਨੇ ਵਾ ਕਮਾਲ ਹੱਥ ਟਿਕਿਆ ਹੋਇਆ ਫਿਰ ਮੈਂ ਕਹਿੰਦਾ ਡ੍ਰੈਂਕ 'ਚ ਵੀ ਪੂਰਾ ਹੱਥ ਟਿਕਿਆ ਹੋਇਆ ਹੈ ਫਿਰ ਆਹ ਚੀਜ਼ ਲੱਕੜ ਨੂੰ ਬਦਲਦਾ ਤੁਸੀਂ ਜਿਵੇਂ ਹੁਣ ਮੈਂ ਕਹਾ ਕਿ ਕੋਈ ਵੀ ਜੇ ਦੇਖੂਗਾ ਤਾਂ ਕਹਿ ਦੂਗਾ ਕਿ ਭਾਈ ਕੋੜਾ ਵੜਾ ਹੈ ਤੇ ਇਹ ਫਿਰ ਪੱਥਰ ਤੋਂ ਲੱਕੜ ਵੱਲ ਨੂੰ ਹੀ ਜਾਣਾ ਇਹ ਲੱਕੜ ਵੱਲੋਂ ਕਿਵੇਂ ਬਸ ਇਸੇ ਤਰ੍ਹਾਂ ਜਿਵੇਂ ਆਪਾਂ ਕਹਿ ਦਿਆ ਆਰਟ ਤਾਂ ਤਕਰੀਬਨ ਇੱਕ ਹੀ ਹੈ ਉਹਦੇ ਚ ਨੇਚਰ ਤੌਰ ਤੇ ਜਿਵੇਂ ਪੱਥਰ ਚੋਂ ਆਪ ਨੂੰ ਲੱਗਦਾ ਕਿ ਕੀ ਹੋ ਕੁਦਰਤੀ ਬਣਿਆ ਇਸੇ ਤਰ੍ਹਾਂ ਲੱਕੜ ਚੋਂ ਲੱਗਦਾ ਕਿ ਕੁਦਰਤੀ ਕੀ ਬਣਿਆ ਹੋਊਗਾ ਜਦੋਂ ਸ਼ੁਰੂਆਤ ਦੇ ਵਿੱਚ ਬੰਦਾ ਜਦੋਂ ਚੱਲਦਾ ਨਾ ਆਹ ਲਾ ਕੇ ਤਾਂ ਲੈ ਇਹਨੇ ਤਾਂ ਪੱਥਰ ਜਾਂ ਰੱਖ ਲਿਆ ਪਤਾ ਨਹੀਂ ਉਹਦੇ ਉੱਤੇ ਕੀ ਘੜੀ ਆ ਜਾਂਦਾ ਹੁੰਦਾ ਲੈ ਕੇ ਸਕੈਚ ਪੈਨ ਜਾਂ ਹੋ ਜਾਂਦਾ ਸ਼ੁਰੂ ਹਾਂਜੀ ਹਾਂਜੀ ਪਹਿਲਾਂ ਪਰਿਵਾਰ ਨੇ ਕਿਹਾ ਨਹੀਂ ਕਿ ਲੈ ਪਰਮਜੀਤ ਸਿਆ ਆ ਕਿੱਧਰ ਨੂੰ ਉਲਝ ਗਿਆ ਤੂੰ ਨਹੀਂ ਸਹੀ ਗੱਲ ਆ ਜੀ ਇਹ ਇਹ 100% ਸਹੀ ਗੱਲ ਆ ਵੀ ਜਦੋਂ ਮੈਂ ਇੱਕ ਦੋ ਬਣਾਏ ਫਿਰ ਘਰੇ ਪਰਿਵਾਰ ਦੇ ਵਿੱਚ ਰੱਖਣ ਨੂੰ ਵੀ ਥਾਂ ਹੈ ਨਹੀਂ ਸੀ ਵੀ ਜਦੋਂ ਉਹਨਾਂ ਨੇ ਝਾੜੂ ਪੋਚਾ ਲਾਉਣਾ ਉਹ ਵੱਜਨੇ ਤਾਂ ਹੋਣੇ ਪੱਥਰ ਭਾਰੇ ਵੀ ਆ ਉਹਨਾਂ ਨੇ ਕਹਿੰਨਾ ਵੀ ਆਪਾਂ ਇੰਨੇ ਕੀ ਕਰਨੇ ਚੱਲ ਦੋ ਚਾਰ ਤੇ ਸ਼ੌਕ ਪੂਰਾ ਕਰ ਲਿਆ ਵੀ ਛੱਡ ਖੜਾ ਹੁਣ ਰੱਖਣ ਦਾ ਥਾਂ ਤਾਂ ਹੈ ਨਹੀਂ ਤੇ ਜਿੱਥੇ ਆਪਾਂ ਖੜੇ ਆ ਇਹ ਰਸੋਈ ਇਹ ਰਸੋਈ ਹੈ ਹਾਂਜੀ ਤੇ ਜਦੋਂ ਬਾਹਲੇ ਬਾਹਗੇ ਤੇ ਫੇਰ ਆਓ ਵੇਖੋ ਉਹਦੇ ਟੂਟੀਆਂ ਲੱਗੀਆਂ ਆ ਸਿੰਕ ਲੱਗਾ ਸੀ ਇਹ ਮੈਂ ਪੱਟ ਕੇ ਤੇ ਫਿਰ ਮੈਂ ਇੱਥੇ ਰੱਖੇ ਯਾਨੀ ਸ਼ੌਕ ਦੇ ਮਾਰਨੇ ਤੇ ਪਰ ਮੈਂ ਮਤਲਬ ਘਰਾਂ ਦੀ ਮੰਨੀ ਨਹੀਂ ਤੇ ਫੇਰ ਉਹ ਮੈਨੂੰ ਕਹਿਣੋਂ हट ਕੇ ਚੱਲੇ ਜੇ ਤਾਂ ਸ਼ੌਕ ਆ ਤਾਂ ਠੀਕ ਆ ਹਾਂਜੀ ਅਕਸਰ ਤਾਂ ਆ ਪਹ ਹੈ ਜਿਆ ਟਾਹਣੀਆਂ ਰੋਡ ਦੇ ਉੱਤੇ ਦੇਖ ਲੰਨੇ ਆ ਹਾਂਜੀ ਇਹ ਫਿਰ ਇਹ ਤਾਂ ਤੁਸੀਂ ਇਹ ਫਿਰ ਜ਼ਿਆਦਾਤਰ ਚੀਜ਼ਾਂ ਨੂੰ ਤੁਹਾਨੂੰ ਘੜਨਾ ਪੈਂਦਾ ਹੈ ਕਿ ਬਸ ਨਜ਼ਰੇ ਦੇਖ ਲੈਂਦੀ ਆ ਕਿ ਲੈ ਇਹਨੂੰ ਤਾਂ ਬਸ ਮੈਂ ਥੋੜਾ ਜਿਹੀ ਘਟਣਾ ਤੇ ਉਹਨੇ ਸੈੱਟ ਹੋ ਜਾਣਾ ਜੀ ਤਾਂ ਨਜ਼ਰ ਆ ਜੀ ਤੇ ਘੜਨਾ ਤਾਂ ਇੰਨੇ ਪੈਂਦਾ ਵੇਖੋ ਤੁਸੀਂ ਸੱਕ ਤੋਂ ਲੈ ਕੇ ਆ ਟਾਣੀਆਂ ਵੱਡੀਆਂ ਸਿਰਫ ਇਹਦਾ ਆ ਇੰਨਾ ਇਹਦੇ ਚਾ ਟੱਕ ਦਿੱਤਾ ਆ ਸੱਕ ਸਾਰਾ ਸਾਰੀਆਂ ਚੀਜ਼ਾਂ ਤੇ ਉਵੇਂ ਹੀ ਆ ਸਿਰਫ ਮੂੰਹ ਦੇ ਉੱਤੇ ਥੋੜਾ ਬਹੁਤਾ ਹੀ ਛੇਲਣਾ ਪੈਂਦਾ ਮੈਨੂੰ ਤੇ ਮੈਂ ਚੀਜ਼ ਹੀ ਉਹ ਲੈਣਾ ਵੀ ਜਿਹੜੀ ਕੁਦਰਤੀ ਰੱਬ ਨੇ ਬਣੀ ਹੋਵੇ ਮਾਤਰਾ ਕੁਦਰਤ ਵੱਲੋਂ ਬਣੀ ਹੋਵੇ ਕੁਦਰਤ ਵੱਲੋਂ ਬਣੀ ਹੋਵੇ ਹਾਂ ਜੀ ਉਹ ਜਿਵੇਂ ਤੁਸੀਂ ਕੋਈ ਦਿਖਾ ਵੀ ਰਹੇ ਸੀਗੇ ਕਹਿੰਦੇ ਇੱਕ ਬਹੁਤ ਛੋਟੀ ਚੀਜ਼ ਬਣਾਈ ਆ ਤੁਸੀਂ ਉਹ ਜਰੂਰ ਸਾਡੇ ਦਰਸ਼ਕਾਂ ਨੂੰ ਦਿਖਾਓ ਹਾਂ ਜ ਬਿਲਕੁਲ ਬਰੀਕ ਰੋੜੀਆਂ ਆਹ ਦੇਖੋ ਇੱਕ ਕੁੱਤੇ ਦੀ ਸ਼ਕਲ ਆ ਇਹ ਇਹ ਇੱਕ ਨੌਕ ਜਿੰਨਾਈਆ ਦੇਖ ਲਓ ਨੌ ਤਾਂ ਥੋੜਾ ਵੱਧ ਤੇ ਇਸੇ ਤਰ੍ਹਾਂ ਲੂੰਬੜੀ ਦੀ ਸ਼ਕਲ ਆ ਇਹ ਵੀ ਡੇਢ ਕੈਂਚੀ ਦੀ ਚੀਜ਼ ਆ ਤੇ ਇਸੇ ਤਰ੍ਹਾਂ ਵੱਡੀਆਂ ਵੀ ਹੈ ਜਿਵੇਂ 5 7 10 ਕਿਲੋ ਦੇ ਪੱਥਰ ਐ ਇਸ ਤਰ੍ਹਾਂ ਬਿਲਕੁਲ ਬਿਲਕੁਲ ਠੀਕ ਹੈ ਉਹਰੇ ਦਾ ਜਿਵੇਂ ਜਿੱਧਰ ਨੂੰ ਨਜ਼ਰ ਹੁੰ ਜਿਵੇਂ ਆ ਬੜਾ ਸੋਹਣਾ ਬਣਾਇਆ ਏ ਮੋਰ ਆ ਹਾਂਜੀ ਮੋਰ ਆ ਜਾਨੀ ਹਰੇਕ ਚੀਜ਼ ਭਾਜੀ ਹਰੇਕ ਚੀਜ਼ ਮੂੰਹੋਂ ਬੋਲਦੀ ਏ ਕਿ ਭਾਈ ਮੈਂ ਕੀ ਬਣਾ ਕੇ ਰੱਖਿਆ ਔਰੇ ਪਰਮਜੀਤ ਜੀ ਨੇ ਹਾਂਜੀ ਹੁਣ ਇਹ ਵੀ ਜੇ ਤੁਹਾਨੂੰ ਛੇਤੀ ਛੇਤੀ ਦੱਸੀਏ ਤੇ ਇਹਦੇ ਸਿਰਫ ਆ ਦੇਖੋ ਇੰਨਾ ਕੁ ਕੀਤਾ ਤੇ ਆ ਇੰਨਾ ਕੀਤਾ ਬਾਕੀ ਆ ਕੁਦਰਤ ਏ ਉਸੇ ਤਰ੍ਹਾਂ ਆਰੇ ਦੀ ਚਰਾਈ ਆ ਇਹਦੇ ਚ ਮੇਰਾ ਕੋਈ ਹੋਰ ਰੋਲ ਨਹੀਂਗਾ ਆ ਕੁਦਰਤ ਨੇ ਇਹਦਾ ਇਸ ਤਰ੍ਹਾਂ ਏ ਸਾਰਾ ਮੂੜਾ ਕੀਤਾ ਹਾਂ ਤੇ ਤੁਸੀਂ ਮਤਲਬ ਆਪ ਜਿਵੇਂ ਖੁਦ ਲੱਭਣ ਜਾਂਦੇ ਹੋ ਕਿ ਜਿਆਦਾਤਰ ਕਈ ਵਾਰ ਦੋਸਤਾਂ ਅਸੇ ਵੀ ਦੇਖ ਲੈਂਦਾ ਕਿ ਕੋਈ ਗੱਲ ਨਹੀਂ ਪਈ ਇਹ ਪਰਮਜੀਤ ਨੂੰ ਦਿੰਨੇ ਆ ਉਹ ਕੱਢ ਕੇ ਦੇਊਗਾ ਇਹਦੇ ਉੱਤੇ ਕੁਝ ਸੁਣ ਨਾਲ ਤਾਂ ਮੇਰੇ ਦੋਸਤ ਨੇ ਦਿੱਤੀ ਐ ਹਾਂਜੀ ਇਹ ਮੋਗੇ ਤੋਂ ਮੇਰੇ ਦੋਸਤ ਨੇ ਆ ਦਿੱਤਾ ਜਿਹੜਾ ਆਦਮਨੁੱਖ ਬਣਿਆ ਜਿਹੜਾ ਆ ਆਹ ਜੀ ਹਾਂ ਹਾਂਜੀ ਇਹ ਮੈਨੂੰ ਆ ਵੀ ਕੋਈ ਦੇ ਕੇ ਗਿਆ ਸੀ ਸਾਡੇ ਪਿੰਡ ਦਾ ਹੀ ਇਸੇ ਤਰ੍ਹਾਂ ਜਿਹੜਾ ਸੱਪ ਬਣਿਆ ਇਹ ਮੈਨੂੰ ਦੇ ਵੀ ਜਾਂਦੇ ਤੇ ਮੈਂ ਆਪ ਵੀ ਲੱਭ ਲਿਆਉਣਾ ਜੀ ਆਪ ਵੀ ਲੱਭ ਲਿਆ ਹਾਂਜੀ ਜਿਵੇਂ ਤੁਨੂੰ ਸੁਭਾਗ ਮੈਂ ਤੁਰਿਆ ਜਾਂਦਾ ਸੀ ਆ ਜਿਹੜੀ ਚੀਜ਼ ਬਣੀ ਐ ਇਹ ਮੋਗੇ ਉੱਥੇ ਨਾ ਹੈਗੇ ਆਪਣੇ ਛਿਗਲੀਗਾ ਬੈਠਿਆ ਬਾਲ ਕੁੱਲੀ ਵਾਲੇ ਉਹਨਾਂ ਦਾ ਬਾਲਣ ਸੀਗਾ ਤੇ ਮੈਨੂੰ ਬਾਲਣ ਚ ਮੋਟਰਸਾਈਕਲ ਤੇ ਰੈਸਪੀ ਤੇ ਮੈਂ ਜਾ ਕੇ ਫਿਰ ਬਾਅਦ ਚ ਉਹਨਾਂ ਤੋਂ ਲੈ ਕੇ ਜਾਂਦੀ ਅਗਲੇ ਦਿਨ ਆਰੀ ਲਿਜਾ ਕੇ ਅੱਛਾ ਹਾਂਜੀ ਕਈ ਕਈ ਵਾਰ ਕਈ ਵਾਰ ਭਾਈ ਐਵੇਂ ਵੀ ਹੁੰਦਾ ਕਿ ਆਪਾਂ ਜਦੋਂ ਕੋਈ ਚੀਜ਼ ਚੱਕਦੇ ਆ ਮੰਨ ਲਓ ਆਪਾਂ ਪਹਿਲੀ ਨਜ਼ਰ ਚ ਤਾਂ ਆਪਾਂ ਨੂੰ ਲੱਗਦਾ ਹੈ ਕਿ ਮੰਨ ਲਓ ਕਿ ਭਾਈ ਇਹ ਬਤਕ ਵਰਗੀ ਦਿਖਦੀ ਹੈ ਹੁਣ ਜਿਵੇਂ ਮੈਨੂੰ ਇੱਕ ਬਤਕ ਆ ਬਤਕ ਵੀ ਦਿਖ ਰਹੀ ਹੈ ਹੈਨਾ ਪਹਿਲੀ ਵਾਰ ਤਾਂ ਐ ਲੱਗਦਾ ਕਿ ਲੈ ਵੀਰ ਮੈਂ ਬਤਕ ਬਣਾਉਂਗਾ ਜਾ ਕੇ ਫਿਰ ਜਦੋਂ ਬੰਦਾ ਲੈ ਆਉਂਦਾ ਹੈ ਫਿਰ ਅਗਲਾ ਐਂਡ ਗੌਰ ਨਾਲ ਜਦੋਂ ਨੇੜੇ ਤੋਂ ਦੇਖਦਾ ਫਿਰ ਲੱਗਦਾ ਨਹੀਂ ਯਾਰ ਇਹ ਬੱਤਕ ਨਹੀਂ ਹੈਗੀ ਇਹ ਕੁਝ ਹੋਰ ਵੀ ਬਣ ਸਕਦੀ ਹੈ ਕਦੇ ਇਦਾਂ ਹੋਇਆ? ਹਾਂ ਹੋਇਆ ਜੀ। ਆ ਜਿਹੜਾ ਘੋੜਾ ਹੈ ਇਹ ਮੈਨੂੰ ਨਹੀਂ ਸੀ ਪਤਾ ਵੀ ਇਹਦਾ ਘੋੜੇ ਬਣੂ। ਐਨਾ ਮੈਨੂੰ ਪਤਾ ਸੀ ਇਹਦਾ ਬਣੂ ਜ਼ਰੂਰ ਕੁਛ ਵੀ ਕੋਈ ਜਾਨਵਰ ਬਣ ਜੂ। ਇਹ ਆ ਟਾਣਾ ਵੀ ਲੰਬਾ ਸੀ ਤੇ ਆ ਟਾਣਾ ਵੀ ਇਹ ਕਾਫੀ ਲੰਬਾ ਸੀ ਤੇ ਦੋ ਇਸ ਤਰ੍ਹਾਂ ਸੀ ਮਗਰ ਜਦੋਂ ਮੈਂ ਕੱਟਿਆ ਫਿਰ ਮੈਨੂੰ ਲੱਗਿਆ ਵੀ ਸਾਰੇ ਤੋਂ ਵਧਿਆ ਇਹ ਘੋੜੇ ਦਾ ਹੀ ਰੂਪ ਹੈ। ਹਾਂ ਤੇ ਆ ਆ ਸਾਰਾ ਐਨਾ ਕੀ ਕੀਤਾ? ਆ ਵੀ ਇਹਦਾ ਰਿਜਨਲੀ ਉਹ ਸਟਾਣੇ ਦੇ ਵਿੱਚੋਂ ਤੇ ਬਾਕੀ ਆ ਵੇਖੋ ਤੁਸੀਂ ਸਾਕ ਉਵੇਂ ਹੀ ਹੈ। ਤੇ ਲਾਉਣ ਦੀ ਲੋੜ ਨਹੀਂ ਪਈ ਵੀ ਜੇ ਮੈਂ ਇਹਨੂੰ ਜ਼ਬਰਦਸਤੀ ਕੋਈ ਹੋਰ ਬਣਾਉਣ ਲੱਗਦਾ ਤੇ ਇਹ ਉਨਾ ਵਧੀਆ ਬਣਨਾ ਨਹੀਂ ਸੀ ਤੇ ਇਸੇ ਤਰ੍ਹਾਂ ਤੁਹਾਨੂੰ ਮੈਂ ਇਹਦੇ ਦੱਸ ਦੇ ਆ ਇਹ ਆ ਜਿਹੜੀ ਚੀਜ਼ ਆ ਇਹ ਮਿਲੀ ਤਾਂ ਮੈਨੂੰ ਇਸ ਤਰ੍ਹਾਂ ਸੀ ਅੱਛਾ ਇਸ ਤਰ੍ਹਾਂ ਹਾਂਜੀ ਇਹ ਤਾਂ ਸਟੈਚੂ ਸੀਗਾ ਇਸ ਤਰ੍ਹਾਂ ਵੀ ਜਿਵੇਂ ਇਹ ਆਹ ਬੰਦਾ ਅਮਲਖ ਤੁਰਿਆ ਜਾਂਦਾ ਹੁੰਦਾ ਆ ਦੇਖੋ ਆ ਮਗਰ ਨੂੰ ਬਾਹ ਪੈਰ ਤੇ ਆ ਆਹ ਬਾਹ ਇਹ ਬਣਾ ਕੇ ਫਿਰ ਮੈਂ ਕਿਹਾ ਵੀ ਮੇਰੀ ਤਸੱਲੀ ਜੀ ਘੱਟ ਹੋਈ ਫਿਰ ਮੈਨੂੰ ਆਸੇ ਪਾਸੇ ਐ ਕੀਤਾ ਤੇ ਫਿਰ ਇਹਦਾ ਦੇਖੋ ਇੱਕ ਬਾਜ ਬਣ ਗਿਆ ਹਾਂ ਆ ਬਾਤ ਬਣਿਆ ਤੇ ਜਿਹੜੀ ਮੈਂ ਲਿਆਂਦਾ ਉਦੋਂ ਮੇਰੇ ਨਿਗਾ ਚ ਆਇਆ ਸੀਗਾ ਇਸ ਤਰ੍ਹਾਂ ਅਥਵਾਕ ਹੋ ਜਾਂਦਾ ਵੀ ਕਿਹੜੀ ਚੀਜ਼ ਹੈ ਕਈ ਵਾਰੀ ਉਹੀ ਬਣ ਜਾਂਦੀ ਹੈ ਕਈ ਵਾਰੀ ਲਗਭਗ ਨੇੜੇ ਉਹਦੇ ਵੀ ਇੱਕ ਤੋਂ ਦੋ ਬਣ ਜਾਂਦੀ ਹੈ ਹਾਂਜੀ ਭਾਈ ਹੁਣ ਜਿਵੇਂ ਇੱਕ ਮੈਂ ਆ ਚੀਜ਼ ਦੇਖ ਪਾ ਰਿਹਾ ਇਹ ਇਹ ਲੱਕੜ ਹੈ ਇਹ ਕੀ ਚੀਜ਼ ਦੇ ਉੱਪਰ ਬਣਿਆ ਹੋਇਆ ਇਹ ਬਾਸ ਦੇ ਜੜਾਂ ਬਾਸ ਦੀਆਂ ਅੱਛਾ ਇਹ ਹਾਂਜੀ ਇਹ ਜਿਵੇਂ ਇੱਕ ਪਰਿਵਾਰ ਹੈ ਉਹ ਥੋੜਾ ਵੱਡਾ ਉਹਦੇ ਛੋਟਾ ਉਹਦੇ ਛੋਟਾ ਉਹਦੇ ਛੜਾ ਜਿਵੇਂ ਜਾਨਵਰ ਥੋੜਾ ਥੋੜਾ ਉੱਡਣਾ ਨਹੀਂ ਸਿੱਖਦੇ ਹੁੰਦੇ ਹਾਂ ਇੱਕ ਦੂਜੇ ਦੀ ਰੀਸ ਨਾਲ ਇਹ ਇੱਕ ਪਰਿਵਾਰੀ ਅਤੇ ਵੱਡੇ ਤੇ ਛੋਟੇ ਤੱਕ ਆਹੇ ਇਹ ਇਹਦੇ ਚ ਕੋਈ ਪਾਸਿਓਂ ਨੀ ਚੀਜ਼ ਲੱਗੀ ਤੁਸੀਂ ਭਾਵੇਂ ਦੇਖ ਲਓ ਹਲਾ ਕੇ ਚ ਕਰਕੇ ਤੇ ਇਹ ਇਸੇ ਤਰ੍ਹਾਂ ਹੀ ਸੀ ਬਸ ਤੁਹਾਨੂੰ ਦੱਸਿਆ ਬਹੁਤ ਘੱਟ ਮੂੰਹ ਮਾ ਹੀ ਬਣਾਉਣਾ ਤੇ ਨਹੀਂ ਮੇਰਾ ਇਹੀ ਹੁੰਦਾ ਵੀ ਘੱਟ ਤੋਂ ਘੱਟ ਇਹਨੂੰ ਸ਼ਾਂਗ ਜਾ ਹਾਂਜੀ ਜਿਵੇਂ ਅੱਜ ਕੱਲ ਤੁਸੀਂ ਮੇਰੇ ਦਰਖਤ ਵੀ ਬਹੁਤ ਵੱਢੀ ਜਾਂਦੇ ਨੇ ਕਿਤੇ ਨਾ ਕਿਤੇ ਐਂ ਲੱਗਦਾ ਕਿ ਲਾਇ ਵੀ ਕੁਦਰਤ ਦਾ ਨੁਕਸਾਨ ਵੀ ਹੋ ਰਿਹਾ ਬਹੁਤ ਹਾਂ 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 ਮੈਨੂੰ ਤਾਂ ਬਹੁਤ ਮਹਿਸੂਸ ਹੁੰਦਾ ਮੈਂ ਤਾਂ ਦਰਖਤ ਬੜੇ ਆਪਦੇ ਲਾਏ ਆ ਅੱਥੀ ਲਾਏ ਆ ਸਾਡੇ ਸ਼ਮਸ਼ਾਨ ਚ ਘਾਟ ਚ ਸ਼ੁਰੂਆਤੀ ਦਰਖਤਾਂ ਦੀ ਮੈਂ ਕੀਤੀ ਸੀ ਪਹਿਲੀ ਵਾਰ ਤੇ ਹੁਣ ਤੁਸੀਂ ਜਾ ਕੇ ਵੇਖੋਗੇ ਉੱਥੇ ਦਰਖਤ ਦੀ ਦਰਖਤਾਂ ਬਹੁਤ ਦਰਖਤਾਂ ਹੁਣ ਤਾਂ ਹੋਰ ਪਿੰਡ ਵਾਸੀ ਨੇ ਇੰਨਾ ਸਹਿਯੋਗ ਉਹਦੇ ਚ ਕੀਤਾ ਵੀ ਬਹੁਤ ਜ਼ਿਆਦਾ ਝਿੜੀ ਬਣੀ ਪਈ ਉੱਥੇ ਬਹੁਤ ਵਧੀਆ ਲੱਗਿਆ ਭਾਈ ਤੁਸੀਂ ਜਿਵੇਂ ਹੁਣ ਇੰਨਾ ਵਧੀਆ ਤਰੀਕੇ ਨਾਲ ਹਰ ਇੱਕ ਚੀਜ਼ ਨੂੰ ਬਰੀਕੀ ਨੂੰ ਵੀ ਦੇਖਦੇ ਹਾਂ ਕਈ ਵਾਰ ਸਾਡੇ ਦਰਸ਼ਕ ਹੁੰਦੇ ਨੇ ਨਾ ਤੁਹਾਡੇ ਨਾਲ ਸੰਪਰਕ ਕਰਨਾ ਜਾਂਦਾ ਕਈ ਵਾਰ ਅਗਲਾ ਕਹਿੰਦਾ ਹੁੰਦਾ ਕਿ ਭਾਈ ਮੈਨੂੰ ਸਿਖਾਏ ਦਿਓ ਜਾਂ ਕੋਈ ਅਗਲਾ ਕਹਿੰਦਾ ਕਿ ਮੈਨੂੰ ਵੀ ਕੋਈ ਦੱਸੋ ਮੈਂ ਵੀ ਇਦਾਂ ਦਾ ਕੋਈ ਕੰਮ ਤੋਰਨਾ ਚਾਹੁੰਦਾ ਕਿਉਂਕਿ ਕਿਤੇ ਨਾ ਕਿਤੇ ਲੋਕੀ ਹੈ ਜੋ ਕੁਦਰਤ ਨੂੰ ਪਿਆਰ ਕਰਦੇ ਨੇ ਹਾਂਜੀ ਹਾਂਜੀ ਭਾਈ ਤੁਸੀਂ ਆਪਣਾ ਮੋਬਾਈਲ ਨੰਬਰ ਜਰੂਰ ਦੱਸੋ ਹਾਂਜੀ ਮੈਂ ਇਹ ਵੀ ਅੱਗੇ ਵੀ ਇੱਕ ਵਾਰ ਜ਼ਿਕਰ ਹੋਇਆ ਸੀ ਮੈਂ ਕਿੰਨੇ ਵੀ ਜੇ ਕਿਸੇ ਨੇ ਤਾਂ ਰਜਗਾਰ ਤੌਰ ਤੇ ਮੈਂ ਤਾਂ ਸ਼ੌਕ ਤੌਰ ਤੇ ਤੇ ਸਨੇਹ ਦੇ ਨਾਸਤੇ ਹੈ ਚੰਗੀਆਂ ਗੱਲਾਂ ਆਪਣੇ ਸਮਾਜ ਨੂੰ ਦੇਣ ਵਾਸਤੇ ਹੈ ਜੇ ਕਿੰਨੇ ਰਜਗਾਰ ਤੇ ਤੋਰਨਾ ਹੋਵੇ ਮੇਰੇ ਕੋਲੇ ਜਦੋਂ ਮਰਜ਼ੀ ਆਉਣ ਮੈਂ ਤੁਨੋਂ ਮਨ ਉਹਨਾਂ ਨੂੰ ਸਿਖਾਉਂਗਾ ਮੇਰਾ ਪਿੰਡ ਕੜਿਆਲ ਹੈ ਤਸਵੀਰ ਧਰਮਕੋਟ ਜ਼ਿਲ੍ਹਾ ਮੋਗਾ ਮੇਰਾ ਮੋਬਾਈਲ ਨੰਬਰ ਹੈਗਾ 9914300999 ਹਾਂਜੀ 9914300999 हां ਕੋਈ ਵੀ ਆਵੇ ਇਸ ਤਰ੍ਹਾਂ ਆਪਣੇ ਰੋਜ਼ਗਾਰ ਦੀ ਖਾਤਰ ਜੋ ਵੀ ਜਿੰਨਾ ਮੈਨੂੰ ਪਤਾ ਮੈਂ ਤੁਹਾਨੂੰ ਮੈਨੂੰ ਸਿਖਾਉਂਗਾ ਸਿਖਾਉਂਗੇ ਬਹੁਤ ਬਹੁਤ ਧੰਨਵਾਦ ਵੀਰੇ ਤੁਸੀਂ ਆਪਣਾ ਸਮਾਂ ਦਿੱਤਾ ਜਿਵੇਂ ਕਿ ਦਰਸ਼ਕੋ ਤੁਸੀਂ ਦੇਖਿਆ ਕਿ ਸਿਰਫ ਨਜ਼ਰ ਦਾ ਫਰਕ ਹੁੰਦਾ ਤੁਹਾਡੀ ਨਜ਼ਰ ਕਿਸੇ ਚੀਜ਼ ਨੂੰ ਕਿਵੇਂ ਦੇਖਦੀ ਹੈ ਕਿਵੇਂ ਇੱਕ ਪੱਥਰ ਦੇ ਵਿੱਚ ਕਹਿੰਦੇ ਜਾਨ ਪੈ ਜਾਂਦੀ ਹੈ ਅੱਜ ਦੇਖ ਕੇ ਬੜੀ ਖੁਸ਼ੀ ਵੀ ਹੋਈ ਤੇ ਬੜਾ ਵਧੀਆ ਲੱਗਿਆ ਉਮੀਦ ਹੈ ਹੀ ਰੱਖਾਂਗੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਗੀ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਦ ਤੱਕ ਲਈ ਮੈਨੂੰ ਜਾਨੀ ਹਰਮਿੰਦਰ ਖੰਨੇ ਨੇ ਦੋਈ ਜ਼ਾਦਾ ਦੇ ਦੇ ਰਹੇ ਰਹਿਮਤ ਦੀ ਧੰਨਵਾਦ